ਸਾਰੇ ਸਤਿ ਸ਼੍ਰੀ ਅਕਾਲ ਜੀ ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਆਗਰੇ ਦੀ ਮਸ਼ਹੂਰ ਮਠਿਆਈ ਹੈ ਜਿਹੜੀ ਪੇਠਾ ਬ੍ਰਾਊਨ ਦੇ ਕਲਰ ਦੇ ਵਿੱਚ ਪੇਠੇ ਕਈ ਤਰ੍ਹਾਂ ਦੇ ਹੁੰਦੇ ਜਿਵੇਂ ਅੰਗੂਰੀ ਹੁੰਦਾ ਹੈ ਬ੍ਰਾਊਨ ਹੁੰਦਾ ਹੈ ਪਿੰਕ ਹੁੰਦਾ ਹੈ ਮੈਂ ਥੋੜਾ ਜਿਹਾ ਬ੍ਰਾਊਨ ਪੇਠਾ ਬਣਾਉਂਗੀ ਇਹਦੇ ਵਾਸਤੇ ਕੀ ਹੁੰਦਾ ਵੀ ਜਿਹੜੇ ਆਪਾਂ 10-12 ਘੰਟੇ ਭਿਉਣੀ ਹੁੰਦੀ ਹੈ 12-13 ਘੰਟੇ ਮਤਲਬ ਕਿ ਥੋੜਾ ਟਾਈਮ ਬਾਅਦ ਤੱਕ ਛੁੰਨੇ ਵਾਲੇ ਪਾਣੀ 'ਚ ਭਿਉਵਾਂਗੇ ਪੇਠਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਪੇਠਾ ਲਵਾਂਗੇ ਉਹ ਆਪਣਾ ਪੂਰਾ ਪੱਕਿਆ ਹੋਣਾ ਚਾਹੀਦਾ ਵੀ ਪੱਕਿਆ ਹੋਇਆ ਪੇਠਾ ਲੈ ਲਵਾਂਗੇ ਤਾਂ ਉਹਨੂੰ ਆਪਾਂ ਵਿੱਚ ਤੋਂ ਕੱਟ ਲਵਾਂਗੇ ਬਣਾ ਲਿਆ ਗੋਲ ਗੋਲ ਇਸ ਤਰ੍ਹਾਂ ਰਿੰਗ ਕੱਟ ਲਿਆ ਮੈਂ ਜਿਹੜੇ ਮੈਂ ਥੋੜ੍ਹਾ ਜਿਹਾ ਜ਼ਿਆਦਾ ਹੀ ਛੋਟਾ ਜਿਹਾ ਹੀ ਖਾ ਮਤਲਬ ਜਿਹੜੇ ਛੋਟੇ ਛੋਟੇ ਪੀਸ ਹੁੰਦੇ ਨਾ ਮੈਂ ਉਹ ਚੀਜ਼ ਜ਼ਿਆਦਾ ਪਸੰਦ ਕਰਦੀ ਹਾਂ ਪੇਠੇ ਵਾਲੀ ਵੱਡੇ ਪੀਸਾਂ ਦੇ ਵਿੱਚ ਉਨੀ ਵਧੀਆ ਚੀਜ਼ ਨਹੀਂ ਬਣਦੀ ਉਹ ਤਾਂ ਜਿਹੜਾ ਵੀ ਆਪਾਂ ਪੇਠਾ ਲਈਏ ਉਹ ਆਪਣਾ ਨਾ ਪੂਰੀ ਤਰ੍ਹਾਂ ਪੱਕਿਆ ਹੋਣਾ ਚਾਹੀਦਾ ਪੱਕਿਆ ਹੋਏ ਦਾ ਕਿਵੇਂ ਪਤਾ ਲੱਗਦਾ ਇੱਕ ਤਾਂ ਬਾਹਰੋਂ ਜਿਹੜੀ ਥੋੜ੍ਹੀ ਜਿਹੀ ਹੈ ਉਹਦੀ ਪੇਠੇ ਦੀ ਗਰੀਨਰੀ ਘੱਟ ਹੋਊਗੀ ਅਤੇ ਜਦੋਂ ਆਪਾਂ ਇਹ ਕੱਟਾਂਗੇ ਨਾ ਪੇਠਾ ਤਾਂ ਵਿੱਚ ਆਪਣੀ ਗਿਰੀ ਬਣੀ ਹੋਣੀ ਚਾਹੀਦੀ ਹੈ ਇਹ ਤੁਸੀਂ ਭੰਨ ਕੇ ਆਪ ਵੇਖ ਲਿਓ ਜੀ ਵੀ ਪੱਕਾ ਪੇਠਾ ਫਿਰ ਜ਼ਿਆਦਾ ਵਧੀਆ ਬਣਦਾ ਆ ਗਰੀ ਹੋਣੀ ਚਾਹੀਦੀ ਵਿੱਚ ਚਿੱਟੀ ਜਿਹੀ ਜਿਹੜੀ ਆ ਰਹੀ ਹੈ ਜਿਹੜਾ ਮੈਂ ਬਣਾ ਰਹੀ ਹਾਂ ਇਹ 2 ਕਿਲੋ ਪੇਠਾ ਲੈ ਰਹੀ ਹਾਂ ਮੈਂ ਇੱਕ ਵਾਰੀ ਬਾਕੀ ਦਾ ਫਿਰ ਬਣਾਉਂਗੀ ਮੈਂ ਇਹਦੇ ਵਿੱਚੋਂ ਜਿਹੜਾ ਇਹ ਸੋਫਟ ਹਿੱਸਾ ਇਹ ਬਿਲਕੁਲ ਕੱਢ ਦਾਂਗੇ ਆਪਾਂ ਬੀਜਾਂ ਵਾਲਾ ਇਸ ਤਰ੍ਹਾਂ ਸਾਰਾ ਕਰ ਲਵਾਂਗੇ ਸਾਰਾ ਕਰਕੇ ਫਿਰ ਆਪਾਂ ਇਹਦੇ ਛੋਟੇ ਛੋਟੇ ਪੀਸ ਕੱਢ ਲਾਂਗੇ ਛੋਟੇ ਛੋਟੇ ਪੀਸ ਕਰਕੇ ਤਾਂ ਉੱਤੋਂ ਜਿਹੜਾ ਆਹ ਗ੍ਰੀਨ ਪਾਰਟ ਹੈ ਇਹਦਾ ਆਪਾਂ ਅਲੱਗ ਕਰ ਦੇਵਾਂਗੇ ਬਿਲਕੁਲ ਸਾਰੇ ਪੀਸ ਹੈ ਜਿਹੜੇ ਆਪਾਂ ਛਿੱਲ ਕੇ ਅਤੇ ਇਹਨਾਂ ਨੂੰ ਆਪਾਂ ਫੋਕ ਦੀ ਹੈਲਪ ਨਾਲ ਹੈ ਜਿਹੜਾ ਪੂਰਾ ਫੋਕ ਕਰ ਲਿਆ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਗੋਂਦ ਲਿਆ ਆਪਾਂ ਇਹਨਾਂ ਨੂੰ ਹੁਣ ਕਿਸੇ ਖੁੱਲ੍ਹੇ ਭਾਂਡੇ ਦੇ ਵਿੱਚ ਪਾਣੀ ਪਾ ਕੇ ਪਾਣੀ ਪਾ ਕੇ ਇਹ ਮੈਂ ਨਾ 2 ਲੀਟਰ ਆਪਣਾ ਸੀਗਾ ਪੇਠਾ ਸੀ ਤਾਂ 2 ਚਮਚ ਮੈਂ ਚੂਨੇ ਦੇ ਲੈ ਕੇ ਉਹਨੂੰ ਹੁਣ ਤੋਂ ਜਦੋਂ ਆਪਾਂ ਪੇਠਾ ਛਿੱਲਿਆ ਸੀ ਉਦੋਂ ਥੋੜ੍ਹਾ ਜਿਹਾ ਮੈਂ ਭਿਉਂ ਦਿੱਤਾ ਸੀਗਾ ਇਹ ਚੂਨਾ ਜਿਹੜਾ ਆਪਾਂ ਨੂੰ ਆਮ ਹੀ ਪਾਨ ਵਾਲੇ ਦੀ ਦੁਕਾਨ ਤੋਂ ਆਮ ਹੀ ਮਿਲ ਜੂਗਾ ਮੈਂ ਉਹ ਲੈ ਆਉਂਦਾ ਸੀਗਾ ਮਿਕਸ ਕਰਕੇ ਆਪਾਂ ਇਹਨੂੰ ਸਾਰੇ ਪਾਣੀ ਇਹਦੇ ਵਿੱਚ ਚੂਨੇ ਨੂੰ ਤਾਂ ਵਿੱਚ ਆਪਾਂ ਜਿਹੜੇ ਹੈਗੇ ਆਪਣੇ ਪੇਠੇ ਦੇ ਪੀਸ ਡਿਪ ਕਰ ਦਾਂਗੇ ਇਹ ਆਪਣਾ ਪਾਣੀ ਇੰਨਾ ਕੁ ਹੋਣਾ ਚਾਹੀਦਾ ਵੀ ਪੇਠੇ ਦੇ ਪੀਸ ਆਪਣੇ ਡੁੱਬੇ ਹੋਣੇ ਚਾਹੀਦੇ ਤਾਂ 10-12 ਘੰਟਿਆਂ ਦੇ ਲਈ ਆਪਾਂ ਰੱਖ ਦੇਵਾਂਗੇ ਹੁਣ ਆਪਣੇ ਪੇਠੇ ਨੂੰ ਭਿਉਣ ਨੂੰ 12-13 ਘੰਟੇ ਹੋ ਚੱਲੇ ਆ 12 ਘੰਟਿਆਂ ਬਾਅਦ ਆਪਾਂ ਜਿਹੜਾ ਹੈਗਾ ਕਲੀ ਵਾਲਾ ਚੂਨੇ ਵਾਲਾ ਪਾਣੀ ਮੈਂ ਵਿੱਚਦੀ ਨਾ 1-2 ਵਾਰ ਚਮਚ ਨਾਲ ਹੇਠਾਂ ਉੱਪਰ ਇਸ ਤਰ੍ਹਾਂ ਕਰਕੇ ਹਿਲਾ ਦਿੱਤੇ ਸੀਗੇ ਵੀ ਜਿਹੜੇ ਨੀਚੇ ਉੱਪਰ ਹੋ ਜਾਣ ਸਾਰੇ ਪੀਸ ਤਾਂ ਹੁਣ ਇਹ ਪਾਣੀ ਆਪਾਂ ਕੱਢ ਦਾਂਗੇ ਇਹਨੂੰ ਆਪਾਂ ਅੱਛੀ ਤਰ੍ਹਾਂ ਨਾ ਇੱਕ ਇੱਕ ਪੀਸ ਨੂੰ ਚੰਗੀ ਤਰ੍ਹਾਂ ਖੁੱਲ੍ਹੇ ਪਾਣੀ ਦੇ ਵਿੱਚੋਂ ਆਪਾਂ ਵਾਸ਼ ਕਰ ਲਾਂਗੇ ਕਿਉਂਕਿ ਆਪਾਂ ਚੂਨੇ ਵਾਲੇ ਪਾਣੀ ਦੇ ਵਿੱਚ ਇਹਨੂੰ ਡਿਪ ਕੀਤਾ ਹੋਇਆ ਸੀਗਾ ਕਰਕੇ ਤਾਂ ਇਹਨੂੰ ਆਪਾਂ ਇੱਕ ਟੋਕਰੀ 'ਚ ਹੋਰ 'ਚ ਦੂਸਰੇ ਬਰਤਨ 'ਚ ਦੂਸਰੇ 'ਚ ਪਾ ਲਾਂਗੇ ਅੱਛੀ ਤਰ੍ਹਾਂ ਇਹਨੂੰ ਹੁਣ ਧੋ ਕੇ ਹੁਣ ਇਹਨੂੰ ਆਪਾਂ 2-2.5 ਲੀਟਰ ਪਾਣੀ ਪਾ ਕੇ ਤਾਂ ਉਹਦੇ ਵਿੱਚ ਪਾ ਕੇ ਇਹਨੂੰ ਆਪਾਂ ਗੈਸ 'ਤੇ ਬੋਇਲ ਹੋਣਾ ਰੱਖਾਂਗੇ ਹੁਣ ਆਪਾਂ ਗੈਸ 'ਤੇ ਲਾ ਕੇ ਇੱਕ ਟੋਕੀ ਇਹਦੇ ਵਿੱਚ ਪਤੀਲੇ ਦੇ ਵਿੱਚ
ਆਪਾਂ ਪਾ ਲਾਂਗੇ 2.5 ਲੀਟਰ ਪਾਣੀ ਪਾ ਲਾਂਗੇ ਇਹਨੂੰ ਉਬਾਲ ਆ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਪੀਸ ਹੈ ਪੇਠੇ ਦੇ ਆਪਾਂ ਉਹ ਪਾ ਦਾਂਗੇ ਉਬਾਲ ਆਉਣ ਤੋਂ ਬਾਅਦ ਆਪਾਂ ਹੁਣ ਇਹਨੂੰ ਟੱਕ ਕੇ ਉਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣੇ ਜਿਹੜੇ ਹੈਗੇ ਆ ਪੇਠੇ ਵਾਲੇ ਪੀਸ ਟ੍ਰਾਂਸਪੇਰੈਂਟਡ ਨਹੀਂ ਹੋ ਜਾਂਦੇ 15-20 ਮਿੰਟ ਹੋ ਗਏ ਆਪਣੇ ਨੂੰ ਪੇਠੇ ਨੂੰ ਉਬਲਦੇ ਨੂੰ ਜਿਹੜਾ ਪੇਠਾ ਆਪਣਾ ਬਿਲਕੁਲ ਟ੍ਰਾਂਸਪੇਰੈਂਟਡ ਹੋ ਚੁੱਕਿਆ ਜਿਹੜਾ ਕਲੀ ਦਾ ਅਸਰ ਸੀ ਉਹ ਵੀ ਪੂਰੀ ਤਰ੍ਹਾਂ ਵਿੱਚੋਂ ਨਿਕਲ ਚੁੱਕਿਆ ਤਾਂ ਹੁਣ ਗੈਸ ਦੀ ਫਲੇਮ ਕਰਾਂਗੇ ਆਫ ਅਤੇ ਆਪਾਂ ਇਹਨਾਂ ਪੀਸਾਂ ਨੂੰ ਲਵਾਂਗੇ ਕੱਢ ਚੰਗੀ ਤਰ੍ਹਾਂ ਨਚੋੜ ਕੇ ਅਤੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਆਹ 1.5 ਕੱਪ ਪਾਣੀ ਦਾ ਪਾ ਲਾਂਗੇ ਅੱਧਾ ਕਿਲੋ ਤੋਂ ਥੋੜ੍ਹੀ ਜਿਹੀ ਜ਼ਿਆਦਾ ਚੀਨੀ ਲੈ ਲਈ ਹੈ 600 ਗ੍ਰਾਮ ਦੇ ਅਪਰੋਕਸੀਮੇਟਲੀ ਜੇ ਆਪਣਾ 2 ਕਿਲੋ ਪੇਠਾ ਹੈ ਤਾਂ ਉਹਦੇ ਵਿੱਚ ਕਿਲੋ 1.25 ਕਿਲੋ ਦੇ ਨੇੜੇ ਜਾਊਗੀ ਚੀਨੀ ਪਰ ਮੇਰੇ ਕੋਲ ਮੈਂ ਗੁਲਾਬ ਜਾਮੁਨ ਬਣਾਏ ਸੀ ਕਾਫੀ ਚੀਨੀ ਨਾ ਪੂਰੀ ਐਨ ਪੱਕੀ ਹੋਈ ਚਾਸਨੀ ਕਾਫੀ ਬਚੀ ਪਈ ਹੈ ਮੈਂ ਇਹ ਵੀ ਵਿੱਚ ਮਿਕਸ ਕਰੂੰਗੀ ਤਾਂ ਕਰਕੇ ਫਿਰ ਮੈਂ ਹਾਫ ਹੀ ਲੈ ਰਹੀ ਹਾਂ ਇਹ ਵੀ ਜਿਹੜੀ ਹੈਗੀ ਹੈ ਆਪਣੇ ਕੋਲ ਚੀਨੀ ਬਿਲਕੁਲ ਘੁਲ ਚੁੱਕੀ ਹੈ ਔਰ ਦੂਸਰੀ ਸਾਈਡ 'ਤੇ ਜਿਹੜੀ ਸੀਗੀ ਆਪਣੀ ਦੂਸਰੀ ਚਾਸਨੀ ਮੈਂ ਉਹ ਵੀ ਗਰਮ ਕਰ ਦਿੱਤੀ ਇਹ ਵਿੱਚ ਮਿਕਸ ਕਰ ਲਾਂਗੇ ਮੇਰਾ ਇਹਦੇ ਵਿੱਚ ਇਲਾਇਚੀ ਦਾ ਫਲੇਵਰ ਪਾਇਆ ਹੋਇਆ ਅਗਰ ਤਾਂ ਤੁਹਾਨੂੰ ਪਸੰਦ ਹੈ ਤਾਂ ਪਾ ਲਓ ਨਹੀਂ ਪਸੰਦ ਤਾਂ ਜੇ ਤਾਂ ਤੁਹਾਨੂੰ ਹੈਗਾ ਇਲਾਇਚੀ ਦਾ ਫਲੇਵਰ ਪਸੰਦ ਹੈ ਤਾਂ ਉਹ ਪਾ ਲਓ ਕੇਵੜੇ ਦਾ ਤਾਂ ਉਹ ਪਾ ਲਓ ਨਹੀਂ ਤਾਂ ਵੈਸੇ ਵੀ ਆਪਾਂ ਇਹਨੂੰ ਸਿੰਪਲ ਵੀ ਬਣਾ ਸਕਦੇ ਹਾਂ ਹੁਣ ਆਪਾਂ ਇਹਨਾਂ ਪੀਸਾਂ ਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਆਪਣੀ ਚਾਸਨੀ ਪੂਰੀ ਥਿੱਕ ਨਹੀਂ ਹੋ ਜਾਂਦੀ ਗਾੜੀ ਨਹੀਂ ਹੋ ਜਾਂਦੀ ਵੇਖੋ ਹੁਣ ਪਾਣੀ ਦੀ ਤਰ੍ਹਾਂ ਡਿੱਗ ਰਿਹਾ ਨਾ ਡਰੋਪ ਇਸ ਤਰ੍ਹਾਂ ਨਹੀਂ ਡਿੱਗਣਾ ਚਾਹੀਦਾ ਜਦੋਂ ਆਪਣਾ ਇਹ ਡਰੋਪ ਡਿੱਗੇ ਤਾਂ ਇੱਕ ਤਾਰ ਦੇ ਰੂਪ 'ਚ ਡਿੱਗਣਾ ਚਾਹੀਦਾ ਹੁੰਦਾ ਮਤਲਬ ਇੰਨੀ ਕੁ ਸੰਘਣੀ ਹੋਣੀ ਚਾਹੀਦੀ ਆਪਣੀ ਚਾਸਨੀ ਹੁਣ ਵੇਖੋ ਚਾਸਨੀ ਨੂੰ ਆਪਣੇ ਦੇ ਵਿੱਚ ਨਾ ਪੇਠੇ ਨੂੰ ਉਬਲਦਿਆਂ ਨੂੰ ਹੋ ਚੱਲਿਆ 15-20-25 ਮਿੰਟ ਦੇ ਨੇੜੇ ਤੇੜੀ ਤਾਂ ਚਾਸਨੀ ਆਪਣੀ ਅੱਗੇ ਨਾਲੋਂ ਕਾਫੀ ਥਿੱਕ ਹੋ ਗਈ ਹੈ ਵੇਖੋ ਲਾਸਟ ਵਾਲਾ ਡਰੋਪ ਹੈ ਉਹ ਕਾਫੀ ਐਨ ਦੂਰ ਤੱਕ ਜਾ ਕੇ ਡਿੱਗਦਾ ਵੇਖੋ ਅਸੀਂ ਇਸ ਤਰ੍ਹਾਂ ਮਤਲਬ ਕਿ ਹੁਣ ਇਹ ਕਾਫੀ ਥਿੱਕ ਹੋ ਚੁੱਕੀ ਹੈ ਤਾਂ ਹੁਣ ਆਪਾਂ ਗੈਸ ਦੀ ਫਲੇਮ ਕਰਾਂਗੇ ਬੰਦ ਉਹ ਵੀ ਵੈਸੇ ਆਪਾਂ ਨੂੰ ਪਤਾ ਲੱਗ ਗਿਆ ਵੀ ਚਾਸਨੀ ਅੱਗੇ ਨਾਲੋਂ ਕਾਫੀ ਪੀ ਚੁੱਕੇ ਹੈ ਸੰਘਣੀ ਵੀ ਹੋ ਚੁੱਕੀ ਹੈ ਤਾਂ ਹੁਣ ਇਹਨੂੰ ਗੈਸ ਨੂੰ ਬੰਦ ਕਰਾਂਗੇ ਤਾਂ ਹੁਣ ਇਹਨੂੰ ਢੱਕ ਕੇ ਆਪਾਂ 6-7 ਘੰਟਿਆਂ ਵਾਸਤੇ ਇਸੇ ਤਰ੍ਹਾਂ ਹੀ ਚਾਸਨੀ ਦੇ ਵਿੱਚ ਡੁੱਬੇ ਰਹਿਣ ਦੇਵਾਂਗੇ ਉਸ ਤੋਂ ਬਾਅਦ ਹੈ ਜਿਹੜਾ ਉਹੀ ਫਿਰ ਸੇਮ ਆਮਲਿਆਂ ਦੇ ਪ੍ਰੋਸੀਜਰ ਵਾਂਗੂ ਵੀ ਫਿਰ ਇਹ ਜੂਸ ਛੱਡ ਦਿੰਦੇ ਆ ਫਿਰ ਇਹੀ ਚਾਸਨੀ ਪਤਲੀ ਹੋ ਜੂ ਫਿਰ ਇੱਕ ਵਾਰੀ ਆਪਾਂ ਇਹਨੂੰ ਪਕਾਵਾਂਗੇ ਫਿਰ ਤਿਆਰ ਹੋਊ ਆਪਣਾ ਇਹ ਸੋਰੀ ਪੇਠਾ ਗੈਸ ਦੀ ਫਲੇਮ ਆਪਾਂ ਔਫ ਕਰ ਦਾਂਗੇ ਤਾਂ ਹੁਣ ਇਹਨੂੰ ਆਪਾਂ ਢੱਕ ਕੇ ਦੇਵਾਂਗੇ ਰੱਖ ਹਾਂਜੀ ਹੁਣ ਇਹਨੂੰ ਨਾ 7-8 ਘੰਟੇ ਹੋ ਗਏ ਆ ਆਪਣੇ ਇਹਨੂੰ ਚਾਸਨੀ ਦੇ ਵਿੱਚ ਤਾਂ ਜਿਹੜਾ ਹੈਗਾ ਪੇਠੇ ਨੇ ਆਪਦਾ ਜੂਸ ਵੀ ਛੱਡ ਦਿੱਤਾ ਤਾਂ ਜਿਹੜੀ ਚਾਸਨੀ ਹੈ ਵੇਖੋ ਕਿੰਨੀ ਆ ਟੱਪ ਟੱਪ ਕਰਕੇ ਡਿੱਗ ਰਹੀ ਹੈ ਇਟ ਮੀਨਸ ਮਤਲਬ ਕਿ ਜੂਸ ਵਿੱਚ ਆਉਣ ਕਰਕੇ ਜਿਹੜੀ ਚਾਸਨੀ ਉਹ ਪਤਲੀ ਹੋ ਗਈ ਹੈ ਤਾਂ ਹੁਣ ਇਹਨੂੰ ਇੱਕ ਵਾਰੀ ਆਪਾਂ ਹੋਰ ਥੋੜ੍ਹੀ ਚਾਸਨੀ ਨੂੰ ਥਿੱਕ ਕਰਾਂਗੇ ਉੱਪਰ ਤੋਂ ਆਪਾਂ ਖੁੱਲ੍ਹੇ ਮੂੰਹ ਨਾਲ ਹੀ ਪਕਾਵਾਂਗੇ ਇਹਨੂੰ ਹੋਰ ਥੋੜ੍ਹਾ ਜਿਹਾ ਵੀ ਜਿਹੜੀ ਚਾਸਨੀ ਆਪਣੀ ਥੋੜ੍ਹੀ ਜਿਹੀ ਹੋਰ ਸੰਘਣੀ ਹੋ ਜਾਵੇ ਹੁਣ ਇਹ ਪੱਕ ਰਿਹਾ ਇਸ ਤਰ੍ਹਾਂ ਆਪਾਂ ਇਹਨੂੰ ਥੋੜ੍ਹੀ ਦੇਰ ਹੋਰ ਪਕਾਵਾਂਗੇ ਵਿੱਚ ਵਿੱਚ ਦੀ ਆਪਾਂ ਹਿਲਾਉਂਦੇ ਵੀ ਰਵਾਂਗੇ ਵੀ ਚਾਸਨੀ ਥਿੱਕ ਹੋ ਕੇ ਤਾਂ ਪੇਠਾ ਜਿਹੜਾ ਨੀਚੇ ਨਾ ਲੱਗ ਜਾਏ ਹੁਣ ਆਪਣੀ ਜਿਹੜੀ ਚਾਸਨੀ ਹੈ ਇਹਨੂੰ ਥਿੱਕ ਹੁੰਦੀ ਨੂੰ 5 ਕੁ ਮਿੰਟ ਹੋ ਗਏ ਆ ਬਸ 5 ਕੁ ਮਿੰਟਾਂ ਦੇ ਵਿੱਚ ਹੀ ਵੇਖੋ ਬਿਲਕੁਲ ਐਨ ਜਿਹੜੀ ਚਾਸਨੀ ਆਪਣੀ ਪੂਰੀ ਤਰ੍ਹਾਂ ਥਿੱਕ ਹੋ ਗਈ ਹੈ ਜਿਹੜਾ ਲਾਸਟ ਡਰੋਪ ਹੈ ਕਾਫੀ ਦੂਰ ਤੱਕ ਜਾ ਰਿਹਾ ਆਪਾਂ ਨੂੰ ਦਿਸ ਰਿਹਾ ਤਾਂ ਹੁਣ ਆਪਾਂ ਇਹਦਾ ਕੀ ਕਰਾਂਗੇ ਗੈਸ ਦੀ ਫਲੇਮ ਕਰਾਂਗੇ ਔਫ ਹਾਂਜੀ ਇਹ ਹੁਣ ਚਾਸਨੀ ਬਿਲਕੁਲ ਆਪਣੀ ਐਨ ਜਮ੍ਹਾਂ ਹੋ ਚੁੱਕੀ ਹੈ ਥੋੜ੍ਹੀ ਜਿਹੀ ਰਹਿ ਗਈ ਹੈ ਬਿਲਕੁਲ ਤਾਂ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਸ ਤਰ੍ਹਾਂ ਜਿਹੜੀ ਆਪਣੀ ਦੁੱਧ ਢੱਕਣ ਵਾਲੀ ਇੱਕ ਜਾਲੀ ਹੁੰਦੀ ਹੈ ਉਹ ਜਾਲੀ ਲੈ ਲਾਂਗੇ ਤਾਂ ਇੱਕ ਥੱਲੇ ਵੱਡਾ ਥਾਲ ਜਾਂ ਪਲੇਟ ਰੱਖ ਲਾਂਗੇ ਉਹਦੇ 'ਚ ਇੱਕ ਕਟੋਰੀ ਰੱਖ ਕੇ ਉੱਪਰ ਇਸ ਤਰ੍ਹਾਂ ਰੱਖ ਕੇ ਇਹ ਰੱਖ
पर आपा यह जेड़ी चीज है ये नहीं लवांगे क्योंकि मेरे को लेना दो हैगे है वायर स्टैंड मैं दोनों वायर स्टैंड प्लेट दे विच रख लिया इना दे ऊपर हुन आपा जेड़ा हैगा अपने कोले पेठा बनया होया वो आपा कट के सुकण वास्ते रखांगे क्योंकि ये ऊपर नीचे तो दोनों तो ही हवा पाऊगी ता जल्दी सुकूगा ते नीचे तो प्लेट इस तरह रखी है भी अपना जेड़ा जो चासनी डिगे भी ता नीचे ना डिगे तो जो सारे ये जेड़ा है गया अपने अपना पेठा वायर स्टैंड दे ऊपर आ गया हुण इहनूं आपां पखे दे नीचे सुकण वास्ते रख दांगे बहुत वधिया पेठा जिहड़ा आपणे खाण नूं तैयार हो गया जिहड़ी थोड़ी जिही इह चासनी बची है इहनूं भी आपां सुट्टांगे नहीं इहदे विच कोई भी आपां इहनूं पहिलां पौण लांगे तां फिर कोई भी आपां फ्लेवर पा के ਤਾਂ ਭਾਵੇਂ ਤਾਂ ਇਹਦੇ 'ਚ ਲੈਮਨ ਨਿਚੋੜ ਕੇ ਇਹਨੂੰ ਆਪਾਂ ਸਕੰਜਵੀ ਦੇ ਰੂਪ 'ਤੇ ਵਰਤ ਲਈਏ ਭਾਵੇਂ ਕੋਈ ਸਕੈਸ਼ ਦੇ ਵਿੱਚ ਆਪਾਂ ਪਾ ਲਈਏ ਭਾਵੇਂ ਕੋਈ ਆਪਾਂ ਥੋੜ੍ਹੇ ਜਿਹੇ ਗੁੜ ਪਾਰੇ ਬਣਾ ਕੇ ਤਾਂ ਇਹਦੇ ਵਿੱਚ ਕੋਟਿੰਗ ਕਰ ਲਈਏ ਤਾਂ ਗੁੜ ਪਾਰੇ ਬਣ ਜਾਣਗੇ ਜਾਂ ਸ਼ੱਕਰ ਪਾਰੇ ਬਣ ਜਾਣਗੇ ਬਹੁਤ ਵਧੀਆ ਬਣਨਗੇ ਲਓ ਜੀ ਪੇਠਾ ਬਣ ਕੇ ਆਪਣੇ ਕੋਲ ਰੈਡੀ ਹੈ ਜਿਹੜਾ ਕਿ ਬਿਲਕੁਲ ਐਨ ਡਰਾਈ ਹੋ ਚੁੱਕਿਆ ਹੁਣ ਉੱਤੋਂ ਜੂਸ ਹੈ ਜਿਹੜਾ ਸੁੱਕ ਚੁੱਕਿਆ ਮੈਂ ਇਹ ਓਵਰਨਾਈਟ ਵਾਸਤੇ ਹੀ ਰੱਖ ਦਿੱਤਾ ਸੀਗਾ ਨੀਚੇ ਵੇਖੋ ਜਿਹੜਾ ਫਾਲਤੂ ਜੂਸ ਸੀ ਉਹ ਨੀਚੇ ਡਿੱਗ ਚੁੱਕਿਆ ਜਾਲੀ ਤੋਂ ਤਾਂ ਹੁਣ ਇਹ ਜਿਹੜਾ ਸੁੱਕਿਆ ਹੋਇਆ ਪੇਠਾ ਇਹਨੂੰ ਆਪਾਂ ਪੂਰੇ ਡੂਢ ਦੋ ਮਹੀਨੇ ਤੱਕ ਆਪਾਂ ਕਿਸੇ ਏਅਰ ਟਾਈਟ ਜਾਰ ਦੇ ਵਿੱਚ ਰੱਖ ਸਕਦੇ ਹਾਂ ਫਰਿੱਜ ਵਿੱਚ ਪੱਕ ਕੰਚ ਦੀ ਬੋਤਲ ਦੇ ਵਿੱਚ ਪਾਓ ਪਾਣੀ ਦੇ ਵਿੱਚ ਪਾਓ ਅਤੇ ਆਪਾਂ ਪਾ ਕੇ ਵੀ ਰੱਖ ਸਕਦੇ ਹਾਂ ਅਗਰ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਪਸੰਦ ਆਈ ਤਾਂ ਇਹਨੂੰ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ ਔਰ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਜਿਹੜੀ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ